केपीडी न्यूज हक सच और इंसाफ की आवाज। केपीडी न्यूज हक सच और इंसाफ की आवाज। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਮੁਹੱਲਾ ਬਸ਼ੀਰਪੁਰਾ 'ਚ ਸਨਾਤਨ ਧਰਮ ਪ੍ਰਾਚੀਨ ਸ਼ਿਵ ਮੰਦਿਰ ਵੱਲੋਂ ਪ੍ਰਭਾਤ ਫੇਰੀ ਬੁਲਾਈ ਗਈ। ਗੁਰਦੁਆਰਾ ਯਾਦਗਾਰ ਬੀਬਾ ਨਿਰੰਜਨ ਕੌਰ ਜੀ ਤੋਂ ਕੱਢੀ ਗਈ ਪ੍ਰਭਾਤ ਫੇਰੀ ਦਾ ਮੰਦਿਰ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਕਮੇਟੀ ਦੇ ਪ੍ਰਧਾਨ ਵਿੱਕੀ ਤਰੀਖਾ, ਜਨਰਲ ਸਕੱਤਰ ਗਗਨਦੀਪ ਬੰਟੀ, ਕੈਸ਼ੀਅਰ ਗੋਪਾਲ ਕਿਸ਼ਨ ਅਤੇ ਸਮੂਹ ਮੰਦਿਰ ਕਮੇਟੀ ਵੱਲੋਂ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ ਗਿਆ। ਜਲੰਧਰ ਤੋਂ ਸੁਖਵਿੰਦਰ ਸਿੰਘ ਦੀ ਰਿਪੋਰਟ।
ਸੇਵਾ ਕਾ ਨਾਨਕ ਦਾ ਸ੍ਰੀ ਵਡਿਆਈ ਕੋਈ ਨਾਮ ਨ ਜਾਣੇ ਮੇਰਾ ਅਰਦਾਸ ਕੀ ਓਮਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਸਤੂ ਕੀ ਪਾਠ ਰਸੀ ਪਿਤਾ ਤੋਂ ਕੀ ਸੰਕੈ ਗੁਰਨਾਮ ਕਰੀ ਤਿਆਈ ਫਿਰ ਅੰਜਨ ਤ੍ਰਿਪੁਰ ਅਮਰਦਾਸ ਜਾਂ ਦਾਸ ਹੋਏ ਸਹਾਈ ਸੁਮਾਰਕ ਕਰਦੀ ਸਾਰਾ ਜੇ ਤਾਰਾ ਆਓ ਵਾਹਿਗੁਰੂ ਜੀ ਕਾ ਬਾਰਸਾ ਵਾਹਿ ਸਾਰੀਆਂ ਸਭਨਾਂ ਵਿੱਚ ਨਾਲ ਰਹਿਣਾ ਹੈ ਪ੍ਰਬੰਧਕ ਮੰਡਲੀ ਕੋ ਪ੍ਰਸ਼ਾਸਨ ਰੋਏ ਦਿਓ ਹਲੇ ਬਲਾਂ ਜੀ ਗਿਆ ਮੁੰਡੇ ਦੇਖੋ ਪੰਡਿਤ ਦੇਖੋ ਜੀ ਪੰਡਿਤ ਦੇਖੋ ਜੀ ਸਾਧੂ ਸਭਨਾਂ ਨੂੰ ਖੁਸ਼ੀਆਂ ਦੇਵੇ ਪਰ ਕਹਿੰਦੇ ਨਾ ਜਿਹਨੂੰ ਪੱਪੂ ਜਿਹਨੇ ਪੱਪੂ ਮਹਾਰਾਜ ਜਿਨ੍ਹਾਂ ਦੇ ਪਾਵਨ ਪ੍ਰਕਾਸ਼ ਪੁਰਬ ਦੀ ਖੁਸ਼ੀਆਂ ਦਾ
ਗੁਰਦਾ ਯਾਦਗਾਰ ਬੀਬਾ ਗਾਂਜਾ ਕੋਲ ਮੁਹੱਲਾ ਬਸ਼ੀਮਰਾ ਤੋਂ ਜੋ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਰਹਿਣ ਵਾਲੀ ਛਕ ਚਾਹੇ ਪ੍ਰਵਾਸੀਆਂ ਚੱਲ ਰਹੀਆਂ ਹਨ। ਅੱਜ ਦੀ ਪ੍ਰਵਾਸੀ ਜੋ ਵੱਖ ਵੱਖ ਗੁਰਮੁਖ ਪਿਆਰਿਆਂ ਦੀ ਦਇਆ ਸਰਦਾਰ ਜਸਵੀਰ ਸਿੰਘ ਜੀ, ਸਰਦਾਰ ਸਰਬਜੀਤ ਸਿੰਘ ਜੀ ਅਤੇ ਵਿਸ਼ੇਸ਼ ਤੌਰ 'ਤੇ ਜੋ ਗੁਰੂ ਨਾਨਕ ਦਾ ਉਦੇਸ਼ ਸਾਂਝੀ ਵਾਰਤਾ ਦਾ ਮਾਨਸ ਕੀ ਜਾ ਸਵੇ ਇੱਥੇ ਪਹਿਚਾਣ ਬੋਲ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅਲਾਦੇ ਮਾਵਾ ਟਾਂਸਾਰ। ਪ੍ਰਭਾਤਫੇਰੀ ਦੀ ਅੱਜ ਸ਼ਿਵ ਮੰਦਰ ਬਸ਼ੀਰਪੁਰਾ ਵਿੱਚ ਵੀ ਗਈ, ਜਿੱਥੇ ਸ਼ਿਵ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਪ੍ਰਭਾਤਫੇਰੀ ਸੰਗਤਾਂ ਦਾ ਸਵਾਗਤ ਕੀਤਾ ਗਿਆ ਅਤੇ ਸ਼ਿਵ ਮੰਦਰ ਵਿੱਚ ਸੰਗਤਾਂ ਨੇ ਬੜੇ ਪਿਆਰ ਸ਼ਰਧਾ ਦੇ ਨਾਲ ਸਾਧੂ ਜੀ ਦੇ ਗੁਣ ਗਾਏ ਅਤੇ ਸਮਾਪਤੀ ਦੇ ਉੱਤੇ ਗੁਰੂ ਦਾ ਲੰਗਰ ਵਰਤਾਇਆ ਗਿਆ ਅਤੇ ਸੰਤ ਬਾਬਾ ਜਸਵਿੰਦਰ ਸਿੰਘ ਜੀ ਮੁੱਖ ਸੇਵਾਦਾਰ ਜਿਨ੍ਹਾਂ ਨੇ ਜੋ ਸ਼ਿਵ ਮੰਦਰ ਜਿਨ੍ਹਾਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿੱਕੀ ਤ੍ਰਿਸ਼ਟਾ ਜੀ ਦਾ ਸਨਮਾਨ ਵੀ ਕੀਤਾ ਅਤੇ ਧੰਨਵਾਦ ਵੀ ਕੀਤਾ ਅਤੇ ਜੋ ਗੁਰੂ ਨਾਨਕ ਦਾ ਅਵਲ ਅੱਲਾ ਨੂਰ ਉਪਾਇਆ ਕੁਦਰ ਕੇਸਾ ਬੰਦੇ ਏਕ ਨੂਰ ਤੇ ਸਮਝ ਉਪਜਿਆ ਕੌਣ ਭਲੇ ਤੋਂ ਬੰਦੇ ਦੇ ਮਾਨਤ ਅਨੁਸਾਰ ਸਮੂਹ ਸੰਗਤਾਂ ਨੂੰ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਇਹਨਾਂ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਗਈਆਂ। ਸੋ ਦਾਸ ਇਹੀ ਬੇਨਤੀ ਕਰਦਾ ਹੈ ਕਿ ਸਤਿਗੁਰ ਗੁਰੂ ਨਾਨਕ ਦੇਵ ਮਹਾਰਾਜ ਸਭ ਦੇ ਸਾਂਝੇ ਗੁਰੂ ਹਨ, ਆਓ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੇ ਚਰਨਾਂ ਨਾਲ ਜੁੜੀਏ ਅਤੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੇ ਪ੍ਰਤੱਖ ਗੁਰੂ ਨਿਸਤਾਰੇ। ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਪ੍ਰਕਾਸ਼ ਪੁਰਬ ਸਾਰੇ ਰਲ ਮਿਲ ਕੇ ਮਨਾਈਏ, ਸਾਰੇ ਧਰਮਾਂ ਦੇ ਲੋਕ ਆਪਣੇ ਤਰ੍ਹਾਂ ਅੰਦਰ ਦੀਪਮਾਲਾ ਕਰੋ, ਦੀਪਮਾਲਾ ਕਰੋ, ਧੰਨ ਧੰਨ ਗੁਰੂ ਨਾਨਕ ਦੀਆਂ ਮਠਿਆਈਆਂ ਕਰੋ ਤੇ ਸਾਧੂ ਜੀ ਦੀਆਂ ਖੁਸ਼ੀਆਂ ਬਖਸ਼ਿਸ਼ਾਂ ਤੇ ਅਸੀਸਾਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल के पीडी न्यूज़ हक सच और इंसाफ की आवाज़ आपको रखे सबसे आगे।